ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਸੁਰਖੀਆਂ ਦਾ ਵੇਰਵਾ ਇਹ ਹੈ ਕਿ ਜੇਲ੍ਹ ਦੇ ਵਿੱਚ ਬੰਦ MLA ਨੂੰ ਮਿਲਣ ਵਾਸਤੇ ਪਹੁੰਚੇ ਕੇਜਰੀਵਾਲ ਤੇ ਭਗਵੰਤ ਮਾਨ। ਰਾਜਸਥਾਨ ਦੇ ਵਿੱਚ ਮੰਤਰੀ ਹਾਰਿਆ ਤੇ ਕਾਂਗਰਸ ਜਿੱਤੀ। ਜੱਗੂ ਭਗਵਾਨਪੁਰੀਆ ਦੇ ਵੱਲੋਂ ਜੇਲ੍ਹ ਦੇ ਵਿੱਚ ਭੰਨ ਤੋੜ। ਬੀਬੀ ਹਰਸਿਮਰਤ ਕੌਰ ਬਾਦਲ ਨੇ ਭਰਾ ਦੇ ਹੱਕ ਦੇ ਵਿੱਚ ਲਿਆ ਸਟੈਂਡ। ਖਹਿਰਾ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ। ਨਵਜੋਤ ਸਿੱਧੂ ਦੀ ਕੱਲੀ ਕੱਲੀ ਗਤੀਵਿਧੀ ਉੱਤੇ ਅੱਖ ਰੱਖ ਰਹੀ ਹੈ ਹਾਈਕਮਾਨ। ਪੰਜਾਬ ਸਰਕਾਰ ਨੇ 10 ਮੰਤਰੀਆਂ ਨੂੰ ਦਿੱਤੀਆਂ 20 ਗੱਡੀਆਂ। ਹਾਈਕੋਰਟ ਨੇ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਨੋਟਿਸ। ਪੰਜਾਬ ਵਿਧਾਨ ਸਭਾ ਦੇ ਵਿੱਚ ਲਾਈਵ ਕਵਰੇਜ ਦੀ ਸੁਣਵਾਈ ਹੋਈ। ਬਿਲਕਿਸ ਬਾਨੋ ਜਬਰ ਜਨਾਹ ਦੇ ਦੋਸ਼ੀਆਂ ਦੀ ਸਜ਼ਾ ਬਰਕਰਾਰ ਰਹੇਗੀ। ਤੇ ਆਖਰੀ ਖਬਰ, ਇੰਸਟਾਗ੍ਰਾਮ ਦਾ ਖਹਿੜਾ ਨਾ ਛੱਡਣ ਤੇ ਮੋਗਾ ਦੇ ਵਿੱਚ ਘਰਵਾਲੀ ਵੱਡੀ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਟਿਣਾ ਜੀ, ਕੇਜਰੀਵਾਲ ਕਿਹੜੇ MLA ਨੂੰ ਮਿਲਣ ਗਏ ਆ ਜੇਲ੍ਹ 'ਚ? ਇਹ ਜੀ ਗੁਜਰਾਤ ਦੇ ਵਿੱਚ ਇੱਕ MLA ਜੀ ਆਮ ਆਦਮੀ ਪਾਰਟੀ ਦਾ, ਉਹਦਾ ਨਾਮ ਹੈ ਚੈਤਰ ਵਸਾਵਾ। ਇਹ ਉੱਥੇ, ਕਿਉਂਕਿ ਆਪਾਂ ਜਾਣਦੇ ਕਿ ਆਮ ਆਦਮੀ ਪਾਰਟੀ ਦੇ ਕੁਝ ਮੈਂਬਰ ਬਣੇ ਸੀਗੇ ਵਿਧਾਨ ਸਭਾ ਦੇ ਐਤਕੀ, ਉਹਨਾਂ ਦੇ ਵਿੱਚੋਂ ਇੱਕ ਚੈਤਰ ਵਸਾਵਾ ਜਿਹੜਾ, ਉਹਦੇ ਉੱਤੇ ਕੁਝ ਕੁ ਦੋਸ਼ ਨੇ ਤੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਦੋਸ਼ ਉਹਦੇ ਉੱਤੇ ਲਾਇਆ ਹੈਗਾ ਥਿਨ ਸਾਹਿਬ ਵਣ ਵਿਭਾਗ ਦੇ ਇੱਕ ਅਧਿਕਾਰੀ ਨੇ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਘਰ ਦੇ ਵਿੱਚ ਬੁਲਾਇਆ, ਮੇਰੀ ਕੁੱਟਮਾਰ ਕੀਤੀ ਇਸ ਵਿਧਾਇਕ ਨੇ, ਤੇ ਫਿਰ ਉਹ ਕਹਿੰਦਾ ਜੀ ਉਸ ਤੋਂ ਬਾਅਦ ਮੈਨੂੰ ਬੰਦੂਕ ਦੇ ਜ਼ੋਰ ਦੇ ਉੱਤੇ ਵੀ ਧਮਕੀ ਦਿੱਤੀ ਗਈ ਹੈ, ਤੇ ਇਸ ਕਰਕੇ ਉਹਨੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪਰਚਾ ਦਰਜ ਹੋ ਗਿਆ। ਜਦੋਂ ਪਰਚਾ ਦਰਜ ਹੋ ਗਿਆ ਤੇ ਆਮ ਆਦਮੀ ਪਾਰਟੀ ਦਾ ਇਹ ਵਿਧਾਇਕ ਕੁਝ ਕੁ ਸਮਾਂ, ਕੁਝ ਕੁ ਦਿਨ ਅੰਡਰਗਰਾਊਂਡ ਵੀ ਰਿਹਾ। ਫਿਰ ਉਹਨੇ ਜ਼ਮਾਨਤਰੀ ਅਰਜ਼ੀ ਲਾਈ ਸੀ, ਜ਼ਮਾਨਤਰੀ ਅਰਜ਼ੀ ਇਹਦੀ ਰੱਦ ਹੋ ਗਈ। ਇਹਨੇ ਫਿਰ ਸਰੈਂਡਰ ਕਰਤਾ, ਤੇ ਜਦੋਂ ਸਰੈਂਡਰ ਕਰਤਾ ਤੇ ਬਾਅਦ ਦੇ ਵਿੱਚ ਫਿਰ ਇਹਨੂੰ ਕਾਨੂੰਨ ਦੇ ਮੁਤਾਬਕ ਅਦਾਲਤ ਦੇ ਵੱਲੋਂ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਤੇ ਅੱਜ ਇਸੇ ਕਰਕੇ ਜੇਲ੍ਹ ਦੇ ਵਿੱਚ ਆਪਣੀ ਪਾਰਟੀ ਦੇ ਵਿਧਾਇਕ ਨੂੰ ਮਿਲਣ ਵਾਸਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਨੇੜੇ ਕੇਜਰੀਵਾਲ, ਇਹ ਦੋਨੋਂ ਜਣੇ ਮਿਲਣ ਵਾਸਤੇ ਗਏ ਆ। ਮਿਲ ਕੇ ਇਹਨਾਂ ਨੇ ਬਾਅਦ ਦੇ ਵਿੱਚ ਗੱਲ ਕਹੀ ਹੈ ਕੇਜਰੀਵਾਲ ਨੇ ਕਿ BJP ਦੇ ਵੱਲੋਂ ਧੱਕਾ ਕੀਤਾ ਜਾ ਰਿਹਾ, ਸਾਡਾ ਇਹ ਵਿਧਾਇਕ ਤਾਂ ਲੋਕ ਪੱਖੀ ਬਹੁਤ ਆ, ਇਹਦੇ ਵੱਲੋਂ ਲੋਕਾਂ ਦੀ ਸੇਵਾ ਵਾਸਤੇ ਦਿਨ ਰਾਤ ਕੀਤਾ ਜਾ ਰਿਹਾ, ਇਹ ਸਾਡੇ ਨਾਲ ਜ਼ਿਆਦਤੀ ਕਰ ਰਹੇ ਆ। ਜਦੋਂ ਉਹਨਾਂ ਨੇ ਆਹ ਗੱਲਾਂ ਕਹੀਆਂ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਆ ਵੀ ਭਾਈ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਵੀ ਤਾਜ਼ਾ ਪਰਚਾ ਦਰਜ ਹੋਇਆ, ਜੇ ਤਾਂ ਇੱਥੇ ਪਰਚਾ ਦਰਜ ਹੁੰਦਾ ਤੇ ਫਿਰ ਤੁਸੀਂ ਕਹਿੰਦੇ ਠੀਕ ਹੋ ਗਿਆ, ਜੇ ਤੁਹਾਡੇ ਵਾਲੇ ਬੰਦੇ ਤੋਂ ਹੁੰਦਾ ਫਿਰ ਕਹਿੰਦੇ ਧੱਕਾ ਹੋ ਗਿਆ। ਸੋ ਇਸ ਤਰੀਕੇ ਦੇ ਚਰਚੇ ਚੱਲਦੇ ਰਹੇ ਆ ਜੀ। ਅੱਛਾ, ਰਾਜਸਥਾਨ 'ਚ ਕਿਹੜਾ ਮੰਤਰੀ ਹਾਰਿਆ? ਇਹ ਤਾਂ ਬਾਹਲੀ ਭੈੜੀ ਹੋਈ ਥਿਨ ਸਾਹਿਬ, ਇੰਨੀ ਭੈੜੀ ਤਾਂ ਮੈਂ ਬਹੁਤ ਘੱਟ ਹੁੰਦੀ ਵੇਖੀ ਹੈ। ਦੇਖੋ, BJP ਦੀ ਸਰਕਾਰ ਹੁਣੇ ਹੁਣੇ ਬਣੀ ਹੈ ਰਾਜਸਥਾਨ ਦੇ ਵਿੱਚ। ਆਪਾਂ ਜਾਣਦੇ ਹਾਂ ਕਿ 3 ਸੂਬਿਆਂ ਦੇ ਵਿੱਚ ਤੇ BJP ਦੀ ਸਰਕਾਰ ਬਣੀ, 1 ਸੂਬੇ ਦੇ ਵਿੱਚ ਤੇ ਬਣੀ ਹੈਗੀ ਜੀ ਕਾਂਗਰਸ ਦੀ ਸਰਕਾਰ, ਤੇ ਇੱਕ ਹੋਰ ਸੂਬਾ ਜੀ ਜਿੱਥੇ ਖੇਤਰੀ ਪਾਰਟੀ ਦੀ ਬਣ ਗਈ ਹੈ। ਪਰ ਇਹ ਜਿਹੜੇ 3 ਸੂਬੇ ਆ, 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਈਆਂ ਸੀ, ਰਾਜਸਥਾਨ ਦੇ ਵਿੱਚ BJP ਦੀ ਸਰਕਾਰ ਬਣੀ ਤੇ ਭਜਨ ਲਾਲ ਸਰਕਾਰ ਇਸ ਵੇਲੇ ਉੱਥੇ ਚੱਲ ਰਹੀ ਹੈ। ਪਰ ਉੱਥੇ ਜਿਹੜੀ ਮਾੜੀ ਹੋਈ ਹੈ ਉਹ ਇਹ ਗੱਲ ਹੈ ਵੀ 199 ਸੀਟਾਂ ਦੇ ਉੱਤੇ ਤਾਂ ਵੋਟਾਂ ਪਹਿਲਾਂ ਪੈ ਗਈਆਂ ਸੀ, ਕੁੱਲ ਉੱਥੋਂ ਦੀਆਂ 200 ਸੀਟਾਂ, ਉੱਥੋਂ ਦੇ ਇੱਕ ਕਾਂਗਰਸੀ ਕੈਂਡੀਡੇਟ ਦੀ ਮੌਤ ਹੋ ਗਈ ਸੀ, ਜਿਹਦੇ ਕਰਕੇ ਉਸ ਸੀਟ ਦੇ ਉੱਤੇ ਉਦੋਂ ਵੋਟਾਂ ਨਹੀਂ ਸੀ ਪਈਆਂ, ਬਾਅਦ ਦੇ ਵਿੱਚ ਉਹਦੀਆਂ ਪਈਆਂ ਵੋਟਾਂ, ਤੇ ਹੁਣ ਦੇ ਨਤੀਜੇ ਆ ਗਏ ਆ। ਉਹ ਨਤੀਜੇ ਆ ਗਏ ਜਿਹੜੇ BJP ਦੀ ਸੋਚ ਦੇ ਬਿਲਕੁਲ ਉਲਟ ਆ ਗਏ ਆ, ਕਿਉਂਕਿ ਨਿਯਮਾਂ ਦੇ ਮੁਤਾਬਕ ਕੋਈ ਵੀ ਪਾਰਟੀ ਹੋਵੇ, ਉਹ ਬਿਨਾਂ ਕਿਸੇ ਵਿਧਾਨ ਸਭਾ ਦਾ ਮੈਂਬਰ ਕਿਤੋਂ ਨਾ ਚੁਣਿਆ ਗਿਆ ਹੋਵੇ, ਬੰਦੇ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਜਿਹੜਾ ਹੋਵੇ ਤੇ ਉਹਨੂੰ ਮੰਤਰੀ ਬਣਾ ਸਕਦੀ ਹੈ। 6 ਮਹੀਨੇ ਦੇ ਅੰਦਰ ਅੰਦਰ ਜੇਕਰ ਉਹ ਚੋਣ ਜਿੱਤ ਕੇ ਆ ਜਾਂਦਾ ਤੇ ਫਿਰ ਭਾਈ ਉਹਦਾ ਮੰਤਰੀ ਉਹਦਾ ਬਰਕਰਾਰ ਰਹਿੰਦਾ, ਨਹੀਂ ਤਾਂ ਉਹਨਾਂ ਦੀ ਮਰਜ਼ੀ ਹੁੰਦੀ ਹੈ। ਸੋ ਜਿਹੜਾ ਅੱਜ ਦੀ ਜਿਹੜੀ ਚੋਣ ਹਾਰਿਆ BJP ਦਾ ਜਿਹੜਾ ਉਮੀਦਵਾਰ ਹਾਰਿਆ, ਇਹ ਸ਼੍ਰੀ ਕਰਨਪੁਰ ਸੀਟ ਤੋਂ, ਇਹਦੇ ਵਿੱਚ BJP ਦਾ ਉਮੀਦਵਾਰ ਜਿਹੜਾ ਸੀਗਾ ਉਹਨੂੰ MLA ਬਣਨ ਤੋਂ ਪਹਿਲਾਂ ਹੀ ਮੰਤਰੀ ਬਣਾ ਲਿਆ ਸੀਗਾ। ਉਹਦੇ ਕੋਲੇ 4 ਮਹੱਤਵਪੂਰਨ ਮਹਿਕਮੇ ਸੀ BJP ਦੀ ਸਰਕਾਰ ਸੂਬੇ 'ਚ, ਜਿਹੜਾ ਬੰਦਾ ਉਮੀਦਵਾਰ ਆ ਉਹਨੂੰ ਪਹਿਲਾਂ ਹੀ ਮੰਤਰੀ ਬਣਾਇਆ ਹੋਇਆ। ਪਰ ਇਸ ਦੇ ਬਾਵਜੂਦ ਉਹ ਅੱਜ ਕਾਂਗਰਸੀ ਉਮੀਦਵਾਰ ਦੇ ਕੋਲੋਂ 11,000 ਤੇ 261 ਵੋਟਾਂ ਦੇ ਫਰਕ ਨਾਲ ਹਾਰ ਗਿਆ। ਰੁਪਿੰਦਰ ਸਿੰਘ ਕੂਨਰ ਇੱਥੇ ਜਿੱਤੇ ਆ, 94,000 ਤੇ 761 ਵੋਟਾਂ ਉਹਨਾਂ ਨੂੰ ਪਾਈਆਂ, ਤੇ ਸੁਰਿੰਦਰ ਸਿੰਘ TT ਭਾਰਤੀ ਜਨਤਾ ਪਾਰਟੀ ਵਾਲੇ, ਇਹਨਾਂ ਨੂੰ 83,000 ਤੇ 500 ਵੋਟਾਂ ਪਈਆਂ, ਸੋ ਇਹ ਹਾਰ ਗਏ ਆ। ਤੇ ਪ੍ਰਿਥੀਪਾਲ ਸਿੰਘ ਨੂੰ ਪਈਆਂ ਜੀ 11,000 ਤੇ 912 ਵੋਟਾਂ ਆਮ ਆਦਮੀ ਪਾਰਟੀ ਵਾਲੇ ਨੂੰ, ਤੇ ਨੋਟਾ ਨੂੰ ਪਈਆਂ ਹੈਗੀਆਂ ਜੀ 1,000 ਤੇ 34 ਵੋਟਾਂ। ਸੋ BJP ਇਸ ਗੱਲੋਂ ਬੜੀ ਭਚੱਕੀ ਆ ਵੀ ਭਾਈ ਸਾਡਾ ਬੰਦਾ ਹਾਰ ਗਿਆ ਜਿਹਨੂੰ ਅਸੀਂ ਪਹਿਲਾਂ ਹੀ ਮੰਤਰੀ ਬਣਾਤਾ ਸੀ, ਸਾਨੂੰ ਇਹ ਲੱਗਦਾ ਸੀ ਵੀ ਭਾਈ ਇਹਨੂੰ ਹੁਣ ਤਾਂ ਲੋਕ ਵੋਟਾਂ ਪਾ ਹੀ ਦੇਣਗੇ, ਇਹ ਇਸ ਦੇ ਬਾਵਜੂਦ ਹਾਰ ਗਿਆ। ਤੇ ਜਿਹੜਾ ਕੂਨਰ ਜਿੱਤਿਆ ਇਹ ਉਸ ਕੈਂਡੀਡੇਟ ਦਾ ਮੁੰਡਾ ਜਿਹਦੀ ਮੌਤ ਹੋ ਗਈ ਸੀ। ਅੱਛਾ, ਜੱਗੂ ਭਗਵਾਨਪੁਰੀ ਨੇ ਜੇਲ੍ਹ 'ਚ ਭੰਨ ਤੋੜ ਕੀਤੀ ਆ, ਉਹਨੂੰ ਸਹੂਲਤਾਂ ਨਹੀਂ ਮਿਲ ਰਹੀਆਂ, ਕੀ ਵਜ੍ਹਾ ਕੀ ਹੋਈ? ਅਸਲ ਦੇ ਵਿੱਚ ਜੀ ਉੱਥੇ ਜੇਲ੍ਹ ਦੇ ਵਿੱਚ ਲੜ ਪਏ ਜੀ ਆਪਸ ਦੇ ਵਿੱਚ,
ਤੇ ਲੜੇ ਇਸ ਕਰਕੇ ਵੀ ਉੱਥੇ ਕੋਈ ਟੀਵੀ ਦੇਖਣ ਦਾ ਰੌਲਾ ਹੈਗਾ। ਕਪੂਰਥਲੇ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਜੱਗੂ ਭਗਵਾਨਪੁਰੀਆ ਤੇ ਜਿਹੜੇ ਬਾਕੀ ਕੈਦੀ ਆ ਉਹਨਾਂ ਨੂੰ ਨਿਯਮਾਂ ਦੇ ਮੁਤਾਬਕ ਟੀਵੀ ਦੇਖਣ ਦਾ ਮੌਕਾ ਮਿਲਦਾ ਹੋਊਗਾ। ਉਹ ਟੀਵੀ ਦੇਖਣ ਦੇ ਉੱਤੇ ਕੋਈ ਨਾ ਕੋਈ ਰੌਲਾ ਰੂਲਾ ਪਿਆ ਜੀ, ਤੇ ਜਿਹਦੇ ਕਰਕੇ ਜੱਗੂ ਭਗਵਾਨਪੁਰੀਆ ਨੇ ਜਿਹੜੀ ਉਹ ਬੈਰਕ ਦੇ ਵਿੱਚ ਲੱਗਾ ਸੀਗਾ ਜੀ ਟੀਵੀ, ਉਹ ਵੀ ਤੋੜ ਦਿੱਤਾ, ਤਾਰਾਂ ਤੂਰਾਂ ਵੀ ਉੱਥੇ ਪੱਟ ਦਿੱਤੀਆਂ, ਨੁਕਸਾਨ ਉੱਥੇ ਕਾਫੀ ਕੀਤਾ ਹੈਗਾ, ਤੇ ਉਹਦੇ ਉੱਤੇ ਇੱਕ ਪਰਚਾ ਹੋਰ ਦਰਜ ਕਰ ਲਿਆ ਗਿਆ ਜੀ। ਨਵਜੋਤ ਸਿੱਧੂ ਤੇ ਨਜ਼ਰ ਰੱਖ ਰਹੀ ਆ ਹੁਣ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ। ਬਿਲਕੁਲ ਜੀ ਬਿਲਕੁਲ, ਸਿੱਧੂ ਸਾਹਿਬ ਦੇਖੋ ਜਦੋਂ ਬੋਲਦੇ ਆ ਉਦੋਂ ਫਿਰ ਤੋਲਦੇ ਘੱਟ ਹੀ ਆ। ਸਿੱਧੂ ਸਾਹਿਬ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ, ਸਭ ਤੋਂ ਪਹਿਲਾਂ ਉਹ ਆਡਾ ਆਪਣੇ ਨਾਲ ਲੈਂਦੇ ਆ ਤੇ ਫਿਰ ਉਹ ਬਾਕੀਆਂ ਨਾਲ ਵੀ ਲੈਂਦੇ ਆ। ਪਰ ਹੁਣ ਜਿਹੜੀ ਖਬਰ ਆਈ ਹੈ ਤਾਜ਼ਾ ਉਹ ਇਹ ਜੀ ਕਿ ਨਵਜੋਤ ਸਿੰਘ ਸਿੱਧੂ ਨੇ ਲੰਘੇ ਕੱਲ੍ਹ ਜਿਹੜੀ ਰੈਲੀ ਕੀਤੀ ਆ ਇਹ ਕੋਟ ਸ਼ਮੀਰ ਪਿੰਡ ਆ ਬਠਿੰਡੇ ਦੇ ਵਿੱਚ, ਹੁਣ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਮੇਰਾ ਖਿਆਲ 2-3 ਦਿਨਾਂ ਬਾਅਦ ਕਰਨੀ ਆ। ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਤੌਰ ਦੇ ਉੱਤੇ ਰੈਲੀਆਂ ਕਰਨੀਆਂ, ਲੋਕਾਂ ਨੂੰ ਲਾਮਬੰਦ ਕਰਨ ਦੀ ਉਹਨਾਂ ਨੇ ਗੱਲ ਕਹੀ ਆ। ਜਿਹੜੀ ਲੰਘੇ ਕੱਲ੍ਹ ਰੈਲੀ ਹੋਈ ਆ ਉਹਦੇ ਵਿੱਚ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦਾ ਕੋਈ ਵੀ ਬੰਦਾ ਨਹੀਂ ਸੀਗਾ। ਉਹਦੇ ਵਿੱਚ ਸਿੱਧੂ ਸਾਹਿਬ ਦੇ ਆਪਣੇ ਚਹੇਤੇ ਸੀਗੇ, ਸਿੱਧੂ ਸਾਹਿਬ ਦੇ ਨਾਲ 5-6 ਸਾਬਕਾ ਵਿਧਾਇਕ ਸੀਗੇ। ਸੋ ਇਸ ਤਰੀਕੇ ਦੀ ਗੱਲ ਆ ਜੀ। ਪਰ ਸਿੱਧੂ ਸਾਹਿਬ ਅੱਜ ਸੀਗੇ ਜੀ ਗਏ ਦਵਿੰਦਰ ਯਾਦਵ ਜਿਹੜੇ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਆ, ਇਹ ਰਾਮ ਤੀਰਥ ਗਏ ਆ, ਦਰਬਾਰ ਸਾਹਿਬ ਗਏ ਆ ਦਵਿੰਦਰ ਯਾਦਵ ਨੂੰ ਲੈ ਕੇ, ਨਾਲ ਰਾਜਾ ਵੜਿੰਗ ਵੀ ਸੀ। ਰਾਜਾ ਵੜਿੰਗ ਦੀ ਹਾਜ਼ਰੀ ਦੇ ਵਿੱਚ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਆ ਕਿ ਭਾਈ ਜਿਹਨੂੰ ਇਹ ਲੱਗਦਾ ਵੀ ਭਾਈ ਵੱਖਰੇ ਅਖਾੜੇ ਲੱਗ ਰਹੇ ਆ, ਕੋਈ ਬੰਦਾ 10,000 ਨੇਤਾ ਜਿਹੜਾ ਬੰਦਾ ਕੋਈ ਨੇਤਾ ਹੈਗਾ 10,000 ਬੰਦੇ ਦਾ ਇਕੱਠ ਕਰ ਦੇਵੇ ਤੇ ਮੈਂ ਮੂਹਰੇ ਬੈਠ ਕੇ ਤਾਂ ਤਾੜੀਆਂ ਮਾਰੂੰਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਉਹਨਾਂ ਚਿਰ ਨਹੀਂ ਜਿੱਤ ਸਕਦੀ ਜਿੰਨੀ ਦੇਰ ਤੱਕ ਇਕੱਲੇ ਇਕੱਲੇ ਵਰਕਰ ਨੂੰ 22 ਨੇਮ ਨਹੀਂ ਜਾਣਦੀ। ਸੋ ਸਿੱਧੂ ਸਾਹਿਬ ਨੂੰ ਬੇਸ਼ੱਕ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਹੁਣ ਅਨੁਸ਼ਾਸਨਹੀਣਤਾ ਵਾਲੀ ਗੱਲ ਨਹੀਂ ਕਰਨੀ, ਪਰ ਸਿੱਧੂ ਸਾਹਿਬ ਦੇ ਉੱਤੇ ਇਕੱਲੀ ਇਕੱਲੀ ਗੱਲ ਤੇ ਨਿਗਾਹ ਵੀ ਰੱਖੀ ਜਾ ਰਹੀ ਹੈ ਵੀ ਭਾਈ ਉਹ ਕੀ ਕਹਿੰਦੇ ਆ ਤੇ ਕਿਹਦੇ ਵਿੱਚ ਵੀ ਆਰ ਲਾਉਂਦੇ ਤੇ ਕੀ ਆਉਂਦੇ ਸਮੇਂ 'ਚ ਕਰਦੇ ਆ। ਉਸ ਤੋਂ ਬੜੀ ਗੱਲ ਹੈ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਥਨ ਸਾਹਿਬ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਲਗਭਗ ਪੰਜਾਬ ਦੇ ਵਿੱਚ ਗੱਠਜੋੜ ਨੇਪਰੇ ਚੜ੍ਹ ਚੁੱਕਿਆ ਤੇ ਇਹ ਅਗਲੀ ਮੀਟਿੰਗ ਦੇ ਵਿੱਚ ਗੱਲ ਸਾਹਮਣੇ ਆਊਗੀ ਵੀ ਭਾਈ ਕਿੰਨੀਆਂ ਸੀਟਾਂ ਦੇ ਉੱਤੇ ਸਹਿਮਤੀ ਹੋਈ ਹੈ। ਪਰ ਜਿੰਨੀ ਕੁ ਜਾਣਕਾਰੀ ਹੁਣ ਤੱਕ ਮਿਲੀ ਹੈ 7-6 ਦੇ ਉੱਤੇ ਸਹਿਮਤੀ ਬਣ ਰਹੀ ਹੈ, 7 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਤੇ ਸ਼ਾਇਦ 6 ਦੇ ਉੱਤੇ ਕਾਂਗਰਸ ਜੀ। ਇਹ ਸਮਝੌਤਾ ਹੋ ਗਿਆ ਹੈ ਜੀ ਅੰਦਰ ਖਾਤੇ? ਬਿਲਕੁਲ ਜੀ ਅੰਦਰ ਖਾਤੇ ਹੋ ਚੁੱਕਿਆ, ਇਹਨੂੰ ਡਿਸਕਲੋਜ਼ ਕਰਨਗੇ, ਹਾਲੇ ਵੇਲਾ ਵਿਖ ਰਹੇ ਆ ਵੀ ਭਾਈ ਆਪਾਂ ਕਿਹੜੇ ਵੇਲੇ ਇਹ ਗੱਲ ਜਿਹੜੀ ਬਾਹਰ ਕੱਢ ਗਏ। ਨਾਲੇ ਇੱਕ ਦੂਜੇ ਦੀ ਮੁਖਾਲਫਤ ਕਰਦੇ ਆ। ਹਾਂ ਬਿਲਕੁਲ ਜੀ, ਇਹੀ ਗੱਲ ਲੋਕਾਂ ਦੇ ਲਈ ਅਚੰਭੇ ਵਾਲੀ ਹੈ ਤੇ ਇਹ ਗੱਲ ਜਿਹੜੀ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਪੁੱਠੀ ਵੀ ਪੈ ਜੇ। ਮੈਂ ਨਹੀਂ ਕਹਿੰਦਾ ਵੀ ਮੇਰੀ ਇਹ ਕਹੀ ਹੋਈ ਗੱਲ ਹੂਵੇਂ ਹੋਊਗੀ, ਕਿਉਂਕਿ ਆਮ ਆਦਮੀ ਪਾਰਟੀ ਇਹ ਗੱਲ ਹੁਣ ਤੱਕ ਕਹਿ ਕੇ ਆਈ ਹੈ ਕਿ ਇਹਨਾਂ ਨੇ ਚੋਰਾਂ ਨੇ ਲੁੱਟ ਲਿਆ, ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ, ਅਸੀਂ ਬਦਲਾਅ ਵਾਲੀ ਰਾਜਨੀਤੀ ਕਰਨ ਆਏ ਆ, ਇਹ ਕਾਂਗਰਸ ਆ ਜਿਹੜੀ ਇਹਦਾ ਅਤੀਤ ਆ ਹੈਗਾ, ਇਹਨਾਂ ਨੇ ਮਾੜਾ ਕੀਤਾ, ਇਹ ਇਦਾਂ ਦੇ ਲੁਟੇਰੇ ਪੰਜਾਬ ਨੂੰ ਖਾ ਗਏ ਆ, ਇਦਾਂ ਦੀਆਂ ਗੱਲਾਂ ਕੀਤੀਆਂ। ਉਧਰ ਆਮ ਆਦਮੀ ਪਾਰਟੀ ਨੂੰ ਕਾਂਗਰਸੀ ਵੀ ਕਹੀ ਜਾਂਦੇ ਆ ਵੀ ਇਹ ਝੂਠੀ ਬਦਲਾਅ ਵਾਲੀ ਪਾਰਟੀ, ਇਹ ਅਖੌਤੀ ਇਨਕਲਾਬੀਆਂ ਦੀ ਪਾਰਟੀ, ਇਹ ਬੋਰਡਾਂ ਤੇ ਇਸ਼ਤਿਹਾਰਾਂ ਵਾਲੀ ਪਾਰਟੀ, ਇਹ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਉਹ ਪਾਰਟੀ, ਇਹ ਜੀ ਇਦਾਂ ਦੀ ਪਾਰਟੀ। ਸੋ ਹੁਣ ਜਦੋਂ ਇਕੱਠੇ ਹੋਣਗੇ ਤੇ ਜਿਹੜੀ ਥਾਂ ਤੇ ਕਾਂਗਰਸ ਦਾ ਉਮੀਦਵਾਰ ਖੜਾ ਹੋਇਆ ਤੇ ਆਪ ਵਾਲੇ ਉੱਥੇ ਜਾ ਕੇ ਕਿਵੇਂ ਕਹਿਣਗੇ ਵੀ ਭਾਈ ਇਹ ਬਹੁਤ ਚੰਗਾ ਬੰਦਾ ਤੇ ਇਹਨੂੰ ਇਕੱਲੀ ਇਕੱਲੀ ਕੀਮਤੀ ਵੋਟ ਪਾਓ, ਤੇ ਜਿੱਥੇ ਆਮ ਆਦਮੀ ਪਾਰਟੀ ਦਾ ਖੜਾ ਹੋਇਆ ਬੰਦਾ ਉੱਥੇ ਕਾਂਗਰਸ ਹੀ ਜਾ ਕੇ ਕਹਿਣਗੇ ਜੀ ਇਹ ਬਹੁਤ ਚੰਗੀ ਪਾਰਟੀ ਸਾਨੂੰ ਹਰਾ ਕੇ ਸੱਤਾ ਦੇ ਵਿੱਚ ਆਈ ਹੈ, ਕਮਾਲ ਦਾ ਬੰਦਾ ਇਹਨੂੰ ਵੋਟਾਂ ਪਾਓ ਜੀ। ਹੋ ਸਕਦਾ ਫਿਰ ਟਣਾ ਜੀ ਉਹ ਇਹ ਕਹਿਣ ਵੀ ਇਹ ਤਾਂ ਜਿਹੜੀ ਸਾਡੀ ਕੇਂਦਰੀ ਕਾਂਗਰਸ ਦੀ ਹਾਈ ਕਮਾਂਡ ਹੈ ਉਹਨਾਂ ਦਾ ਤੇ ਦਿੱਲੀ ਵਾਲੇ ਕੇਜਰੀਵਾਲ ਦਾ ਸਮਝੌਤਾ। ਬਿਲਕੁਲ ਜੀ ਬਿਲਕੁਲ, ਉਹ ਕਹਿਣਗੇ ਇਹੀ, ਉਹ ਤਾਂ ਇਹ ਗੱਲ ਪ੍ਰਚਾਰ ਹੀ ਰਹੇ ਥਿਨ ਸਾਹਿਬ ਕਿ ਦੇਸ਼ ਦੇ ਵਡੇਰੇ ਹਿੱਤਾਂ ਦੀ ਖਾਤਰ ਸਾਨੂੰ ਇੱਕ ਮੰਚ ਤੇ ਆਉਣਾ ਪੈ ਰਿਹਾ, ਕਿਉਂਕਿ ਜੇਕਰ ਬੀਜੇਪੀ ਫਿਰ ਆ ਗਈ ਤਾਂ ਫਿਰ ਇਹਨੇ ਸੰਵਿਧਾਨ ਨੂੰ ਖਤਮ ਕਰ ਦੇਣਾ, ਸੰਵਿਧਾਨ ਨੂੰ ਖਤਰਾ ਪੈਦਾ ਪਹਿਲਾਂ ਹੀ ਕੀਤਾ ਹੋਇਆ। ਬੀਜੇਪੀ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਦੀ ਹੈ, ਬੀਜੇਪੀ ਵੰਡੀਆਂ ਪਾਉਂਦੀ ਹੈ, ਇਸ ਕਰਕੇ ਅਸੀਂ ਜੀ ਮੋਦੀ ਸਰਕਾਰ ਨੂੰ ਰੋਕਣ ਵਾਸਤੇ ਆ ਰਹੇ ਹਾਂ, ਇਕੱਠੇ ਹੋ ਰਹੇ ਹਾਂ ਤੇ ਲੋੜ ਦੇ ਮੁਤਾਬਕ ਹੋ ਰਹੇ ਹਾਂ। ਪਰ ਜਦੋਂ ਕੁਝ ਲੋਕਾਂ ਦੇ ਵਿੱਚ ਬੋਲਿਆ, ਜਿਹੜਾ ਕੁਝ ਸੋਸ਼ਲ ਮੀਡੀਆ ਤੇ ਪਿਆ, ਜਿਹੜਾ ਕੁਝ ਬਿਆਨਾਂ ਦੇ ਰੂਪ ਦੇ ਵਿੱਚ ਪਿਆ, ਉਹ ਵੀ ਤਾਂ ਲੋਕਾਂ ਦੇ ਕੋਈ ਚੇਤੇ ਦੇ ਵਿੱਚੋਂ ਹਾਲੇ ਨਿਕਲਣਾ ਨਹੀਂ ਨਾ, ਵਿਸਰਨਾ ਨਹੀਂ, ਉਹ ਵੀ ਤਾਂ ਗੱਲ ਚੇਤੇ ਦੇ ਵਿੱਚ ਗੂੰਜਦੀ ਰਹਿਣੀ ਆ, ਕਿਉਂਕਿ ਇਹ ਕਿਹੜਾ 20 ਸਾਲ ਪਹਿਲਾਂ ਗੱਲਾਂ ਕਹੀਆਂ, ਹਾਲੇ 2 ਸਾਲ ਪਹਿਲਾਂ ਕਹੀਆਂ, ਹਾਲੇ 2 ਮਹੀਨੇ ਪਹਿਲਾਂ ਕਹੀਆਂ, 6 ਮਹੀਨੇ ਪਹਿਲਾਂ ਗੱਲਾਂ ਕਹੀਆਂ, ਲਗਾਤਾਰ ਗੱਲਾਂ ਕਹੀਆਂ। ਸੋ ਇੱਕ ਗੱਲ ਜ਼ਰੂਰ ਹੈ ਜੀ, ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆਵੇ ਵੀ ਜੇਕਰ ਕੱਟੜ ਵਿਰੋਧੀ ਇੱਕ ਦੂਜੇ ਨੂੰ ਹਰ ਰੋਜ਼ ਭੰਡਣ ਵਾਲੇ, ਨਿੰਦਣ ਵਾਲੇ, ਚੋਰ ਚੋਰ ਕਹਿਣ ਵਾਲੇ ਇਹ ਇਕੱਠੇ ਹੋ ਸਕਦੇ ਆ ਤੇ ਭਾਈ ਪਿੰਡ ਦੇ ਵਡੇਰੇ ਹਿੱਤਾਂ ਖਾਤਰ ਅਸੀਂ ਵੀ ਪਰਚੋ ਪਰਚੀ ਨਾ ਹੋਇਆ ਕਰੀਏ, ਲੀਡਰਾਂ ਦੇ ਪਿੱਛੇ ਅਸੀਂ ਵੀ ਛਿੱਤਰੋ ਛਿੱਤਰੀ ਨਾ ਹੋਇਆ ਕਰੀਏ ਜੀ। ਪਰ ਟਣਾ ਜੀ ਫਿਰ ਇਹਦਾ ਖਮਿਆਜ਼ਾ ਤਾਂ ਮੇਰਾ ਖਿਆਲ ਹੈ ਭਗਵੰਤ ਮਾਨ ਨੂੰ ਪੰਜਾਬ 'ਚ ਭੁਗਤਣਾ ਪਏਗਾ ਲੋਕਾਂ ਸਾਹਮਣੇ ਜਾਣਾ, ਤੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿੱਚ ਏਕਤਾ ਬਣੀ ਰਹਿ ਸਕਦੀ ਹੈ? ਦੇਖੋ ਜੀ, ਇਹ ਥਿਨ ਸਾਹਿਬ ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ ਜੀ ਕਿ ਬਣਦਾ ਕੀ ਹੈ, ਪਰ ਉਦਾਂ ਵੈਸੇ ਕਾਂਗਰਸ ਦੇ ਲਈ ਇੱਕ ਸਬਕ ਵਾਲੀ ਗੱਲ ਜ਼ਰੂਰ ਹੋ ਸਕਦੀ ਸੀ ਜੇਕਰ ਉਹ ਸਮਝਦੇ
ਹਾਲਾਂਕਿ ਪੰਜਾਬ ਦੇ ਕਾਂਗਰਸੀਆਂ ਨੇ ਰੌਲਾ ਰੱਪਾ ਤਾਂ ਬਹੁਤ ਪਾਇਆ, ਮੈਨੂੰ ਲੱਗਦਾ ਵੀ ਇਹਨਾਂ ਦੀ ਪੇਸ਼ ਉੱਥੇ ਬਹੁਤੀ ਚੱਲੀ ਨਹੀਂ ਗੀ, ਮੇਰਾ ਖਿਆਲ ਇਹ ਆ। ਕਿਉਂਕਿ ਪੰਜਾਬ ਦੇ ਵਿੱਚੋਂ ਸਿਰਫ ਦੋ ਜਾਣੇ ਆ, ਰਵਨੀਤ ਬਿੱਟੂ ਤੇ ਨਵਜੋਤ ਸਿੱਧੂ, ਜਿਹੜੇ ਇਸ ਗੱਠਜੋੜ ਦੇ ਹੱਕ ਦੇ ਵਿੱਚ ਸੀ, ਤੇ ਬਾਕੀ ਸਾਰੇ ਇਹਦੇ ਉਲਟ ਸੀਗੇ। ਕਿਉਂਕਿ ਦੇਖੋ ਜਦੋਂ ਪਹਿਲੀ ਵਾਰ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਬਣੀ ਆ, ਉਦੋਂ ਕਾਂਗਰਸ ਦੇ ਸਹਿਯੋਗ ਨਾਲ ਬਣੀ ਸੀ, ਗੱਠਜੋੜ ਨਾਲ ਬਣੀ ਸੀ, 49 ਦਿਨ ਚੱਲੀ ਸੀ। ਉਸ ਤੋਂ ਬਾਅਦ 3 ਵਾਰੀ ਕੇਜਰੀਵਾਲ ਮੁੱਖ ਮੰਤਰੀ ਬਣ ਗਿਆ, ਪਰ ਦਿੱਲੀ ਦੇ ਵਿੱਚ ਕਾਂਗਰਸ ਨਹੀਂ ਕਿਤੇ ਲੱਭੀ, ਤੇ ਪੰਜਾਬ ਦੇ ਵਿੱਚ ਕੀ ਕੀ ਬਣੂਗਾ ਆਉਣ ਵਾਲਾ ਸਮਾਂ ਦੱਸੂਗਾ ਜੀ। ਅੱਛਾ, ਪੰਜਾਬ ਸਰਕਾਰ ਨੇ ਕਿੰਨੀਆਂ ਗੱਡੀਆਂ ਨਵੀਆਂ ਲਈਆਂ ਤੇ ਕਿਹਨੂੰ ਕਿਹਨੂੰ ਦੇਣੀਆਂ ਉਹ? ਦੇਖੋ ਜੀ, ਇਹ ਗੱਡੀਆਂ ਜਿਹੜੀਆਂ ਦੇਣੀਆਂ, ਇਹ 10 ਮੰਤਰੀਆਂ ਦੇ ਲਈ ਗੱਡੀਆਂ ਦਾ ਐਲਾਨ ਹੋਇਆ। ਇਹ ਜਿਹੜੀਆਂ ਗੱਡੀਆਂ ਨੇ, ਇਹ ਵੱਖ ਵੱਖ ਮੰਤਰੀਆਂ ਨੂੰ ਇਸ ਕਰਕੇ ਮਿਲ ਰਹੀਆਂ ਜਾਂ ਮਿਲੀਆਂ ਕਿਉਂਕਿ ਕਹਿੰਦੇ ਜੀ ਉਹਨਾਂ ਦੇ ਕੋਲੇ ਇਸ ਵੇਲੇ ਗੱਡੀਆਂ ਜਿਹੜੀਆਂ ਖਟਾਰਾ ਹੋਈਆਂ ਸੀਗੀਆਂ, ਉਹਨਾਂ ਨੂੰ ਗੱਡੀਆਂ ਦੀ ਜ਼ਰੂਰਤ ਸੀਗੀ, ਤੇ ਇਸ ਗੱਲ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਤਨਜ਼ ਵੀ ਕਸਿਆ। ਤੇ ਪੰਜਾਬ ਦੀ ਸਰਕਾਰ ਨੇ ਨਵੇਂ ਸਾਲ ਦੇ ਮੌਕੇ ਆਪਣੇ 10 ਮੰਤਰੀਆਂ ਨੂੰ 20 ਨਵੀਆਂ ਗੱਡੀਆਂ ਅਲਾਟ ਕਰਤੀਆਂ। ਪਹਿਲੀ ਵਾਰ ਸਰਕਾਰ ਨੇ ਇੱਕ ਇੱਕ ਇਨੋਵਾ ਕ੍ਰਿਸਟਾ ਤੇ ਬਲੈਰੋ ਟੌਪ ਮਾਡਲ ਕਰ ਦਿੱਤੀ ਆ, 3 ਕਰੋੜ ਰੁਪਏ ਦੇ ਵਿੱਚ ਗੱਡੀਆਂ ਪਈਆਂ। ਬਿਕਰਮ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਦੇਖੋ ਸਰਕਾਰ ਦੇ ਕੋਲੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਡੀਏ ਤਾਂ ਹੈ ਨਹੀਂ, ਪਰ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੇਣ ਵਾਸਤੇ ਤੇ ਆਪਦੇ ਪ੍ਰਚਾਰ ਵਾਸਤੇ 1 ਕਰੋੜ ਰੁਪਇਆ ਹੈਗਾ। ਤੇ ਪਤਾ ਲੱਗਾ ਵੀ ਜਿਹਨੇ ਜਿਹਨਾਂ ਨੂੰ ਗੱਡੀਆਂ ਮਿਲੀਆਂ ਉਹਦੇ ਵਿੱਚ ਹਰਭਜਨ ਸਿੰਘ ETO ਵੀ ਹੈ, ਲਾਲਚੰਦ ਕਟਾਰੂ ਚੱਕ ਵੀ ਹੈ, ਲਾਲਜੀਤ ਸਿੰਘ ਭੁੱਲਰ ਤੇ ਬ੍ਰਹਮ ਸ਼ੰਕਰ ਜਿੰਪਾ ਵੀ ਹੈ, ਚੇਤਨ ਸਿੰਘ ਜੌੜੇ ਮਾਜਰਾ ਵੀ ਹੈ, ਡਾਕਟਰ ਬਲਬੀਰ ਸਿੰਘ, ਬਲਕਾਰ ਸਿੰਘ ਤੇ ਹੋਰ ਵੀ ਕਈ ਮੰਤਰੀ ਸਹਿਬਾਨ ਹੈਗੇ। ਅੱਛਾ, ਹਾਈਕੋਰਟ ਨੇ ਕੀ ਨੋਟਿਸ ਦਿੱਤਾ ਪੰਜਾਬ ਸਰਕਾਰ ਨੂੰ? ਦੇਖੋ ਜੀ, ਅਸਲ ਦੇ ਵਿੱਚ ਨਾ ਗੱਲ ਇਹ ਆ ਵੀ ਹਾਈਕੋਰਟ ਦੇ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਦੇ ਬਾਰੇ ਗੱਲ ਕਹੀ ਗਈ ਹੈ, ਕਿਉਂਕਿ ਪਟੀਸ਼ਨ ਇੱਕ ਪਈ ਹੈ ਵੀ ਭਾਈ ਪੰਜਾਬ ਦੇ ਵਿੱਚ ਕਿੰਨਾ ਸਮਾਂ ਉੱਤੇ ਦੀ ਲੰਘ ਗਿਆ, ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ, 1 ਸਾਲ ਬੀਤ ਜਾਣ ਦੇ ਬਾਵਜੂਦ ਤੇ ਨਗਰ ਨਿਗਮਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਕਈ ਥਾਵਾਂ ਤੇ, ਤੇ ਹਾਈਕੋਰਟ ਦੇ ਵੱਲ ਵਿੱਚ ਇੱਕ ਜਨਹਿਤ ਪਟੀਸ਼ਨ ਪਾਈ ਗਈ ਹੈ ਤੇ ਇਹਦੇ ਉੱਤੇ ਹੁਣ ਸੁਣਵਾਈ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ। ਤੇ ਇਹ ਪਤਾ ਲੱਗਾ ਜੀ ਕਿ ਇੱਕ ਚੰਦਰਬਾਲੀ ਨੇ, ਪ੍ਰਬੋਧ ਚੰਦਰਬਾਲੀ ਅੰਮ੍ਰਿਤਸਰ ਦੇ, ਉਹਨਾਂ ਨੇ ਪਟੀਸ਼ਨ ਪਾਈ ਹੈ ਤੇ ਇਹ ਗੱਲ ਕਹੀ ਹੈ ਕਿ 2023 ਦੇ ਜਨਵਰੀ ਮਹੀਨੇ ਦੇ ਵਿੱਚ ਨਗਰ ਨਿਗਮਾਂ ਦਾ ਕਾਰਜਕਾਲ ਪੂਰਾ ਹੋ ਗਿਆ ਸੀ ਤੇ ਪਰ ਉਸ ਤੋਂ ਬਾਅਦ ਚੋਣਾਂ ਕਰਵਾਉਣੀਆਂ ਚਾਹੀਦੀਆਂ ਸੀ, ਲਾਜ਼ਮੀ ਹੈ, ਪਰ ਇਹਨਾਂ ਨੇ ਹਾਲੇ ਤੱਕ ਚੋਣਾਂ ਨਹੀਂ ਕਰਵਾਈਆਂ, ਇਸ ਮੁਤਲਕ ਪਟੀਸ਼ਨ ਪਾਈ ਗਈ ਹੈ ਜੀ। ਤੇ ਬਿਲਕੁਲ, ਬਾਨੋ ਨਾਲ ਜਿਹੜਾ ਜਬਰ ਜਨਾਹ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਰਹੇਗੀ ਉਸੇ ਤਰ੍ਹਾਂ ਹੀ? ਬਿਲਕੁਲ ਜੀ ਬਿਲਕੁਲ, ਇਹ ਬੜੀ ਮਹੱਤਵਪੂਰਨ ਬਹੁਤ ਵੱਡੀ ਖਬਰ ਹੈ ਕਿਉਂਕਿ ਬਿਲਕੁਲ ਬਾਨੋ ਇੱਕ ਐਸੀ ਔਰਤ ਹੈ ਜਿਹਨੇ ਬਹੁਤ ਵੱਡਾ ਸੰਤਾਪ ਹੰਡਾਇਆ, ਗੋਧਰਾ ਦੰਗਿਆਂ ਵੇਲੇ ਦੀ ਗੱਲ ਹੈਗੀ ਹੈ ਤੇ ਜਿਹੜੇ ਦੰਗਾਕਾਰੀ ਸੀਗੇ ਇਹਨਾਂ ਨੇ ਬਿਲਕੁਲ ਬਾਨੋ ਦੇ ਨਾਲ ਜਬਰ ਜਨਾਹ ਕੀਤਾ ਸੀਗਾ, ਸਮੂਹਕ ਜਬਰ ਜਨਾਹ, ਇਹਦੀ ਮਾਂ ਤੇ 3 ਹੋਰ ਔਰਤਾਂ ਦੇ ਨਾਲ ਵੀ ਜਬਰ ਜਨਾਹ ਕੀਤਾ ਸੀਗਾ। ਇਸ ਮਾਮਲੇ ਦੇ ਵਿੱਚ ਪਰਿਵਾਰ ਦੇ 17 ਮੈਂਬਰਾਂ ਦੇ ਵਿੱਚੋਂ 7 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ, 6 ਲੋਕ ਹਾਲੇ ਤੱਕ ਲਾਪਤਾ ਜਿਹੜੇ ਕਦੇ ਮਿਲੇ ਨਹੀਂ, ਤੇ ਹਮਲੇ ਦੇ ਵਿੱਚ ਸਿਰਫ ਬਿਲਕਿਸ ਬਾਨੋ, ਇੱਕ ਹੋਰ ਸ਼ਖਸ ਤੇ 3 ਸਾਲ ਦਾ ਬੱਚਾ ਹੀ ਬਚੇ ਸੀਗੇ। ਤੇ ਇਹ ਜਬਰ ਜਨਾਹ ਦੇ ਦੋਸ਼ੀ ਹੈ ਜਿਹੜੇ, ਇਹਨਾਂ ਨੂੰ 2004 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਨਵਰੀ 2008 ਦੇ ਵਿੱਚ CBI ਦੀ ਸਪੈਸ਼ਲ ਅਦਾਲਤ ਨੇ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ, ਬੰਬੇ ਹਾਈਕੋਰਟ ਨੇ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਇਹਨਾਂ ਦੋਸ਼ੀਆਂ ਨੂੰ ਪਹਿਲਾਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਵਿੱਚ ਤੇ ਫਿਰ ਇਸ ਤੋਂ ਬਾਅਦ ਨਾਸਕ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। 9 ਸਾਲ ਬਾਅਦ ਸਾਰਿਆਂ ਨੂੰ ਗੋਧਰਾ ਦੀ ਸਬ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਫਿਰ ਪਿੱਛੇ ਜੇ ਇਹਨਾਂ ਦੀ ਬਾਕੀ ਰਹਿੰਦੀ ਸਜ਼ਾ ਜਿਹੜੀ ਉਹ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਮਾਫ਼ ਕਰ ਦਿੱਤੀ ਗਈ ਸੀ। ਫਿਰ ਪਟੀਸ਼ਨ ਪਾਈ ਗਈ ਸੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਇਹਨਾਂ ਸਾਰੇ ਦੇ ਸਾਰੇ ਦੋਸ਼ੀਆਂ ਦੀ ਜਿਹੜੀ ਸਜ਼ਾ ਉਹ ਪੂਰੀ ਹੋਣ ਤੱਕ ਦੇ ਲਈ ਕਿਹਾ, ਇਹਨਾਂ ਦੀ ਜਿਹੜੀ ਰੱਦ ਕੀਤੀ ਗਈ ਸੀ ਸਜ਼ਾ, ਬਾਕੀ ਦੇ ਉੱਤੇ ਕਾਢਾ ਫੇਰ ਦਿੱਤਾ ਗਿਆ ਸੀ, ਉਹ ਸਜ਼ਾ ਪੂਰੀ ਕਰਨੀ ਪਊਗੀ ਸਾਰਿਆਂ ਨੂੰ। ਇਹ ਅੱਜ ਬਿਲਕਿਸ ਬਾਨੋ ਨੇ ਗੱਲ ਕਹੀ ਹੈ ਵੀ ਮੈਨੂੰ ਇਹ ਲੱਗਾ ਜੀ ਕਿ ਅੱਜ ਨਵਾਂ ਸਾਲ ਚੜਿਆ, ਪਿਛਲੇ 1.5 ਸਾਲ ਤੋਂ ਕਦੀ ਮੈਂ ਜਿਹੜਾ ਸੰਤਾਪ ਭੁਗਤ ਰਹੀ ਹਾਂ ਵੀ ਪਾਈਏ ਸ਼ਰੇਆਮ ਫਿਰਦੇ ਤੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੈ, ਤੇ ਅੱਜ ਉਹ ਕਦੀ ਮੈਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਹਤ ਮਿਲੀ ਹੈ ਜੀ। ਅੱਛਾ, ਇੰਸਟਾਗ੍ਰਾਮ ਜਿਹੜਾ ਇਹ ਕਤਲ ਦਾ ਕਾਰਨ ਬਣਿਆ? ਹਾਂ ਬਿਲਕੁਲ ਜੀ, ਇੰਸਟਾਗ੍ਰਾਮ ਦੇ ਕਰਕੇ ਔਰਤ ਦਾ ਬਹੁਤ ਬੁਰਾ ਹਾਲ ਹੋਇਆ ਤੇ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਮੋਗਾ ਦੇ ਸਿਵਲ ਹਸਪਤਾਲ ਤੋਂ ਇਸ ਔਰਤ ਨੂੰ ਤੇ ਉੱਥੇ ਭੇਜ ਦਿੱਤਾ ਗਿਆ ਨਾਜ਼ੁਕ ਸਥਿਤੀ ਦੇ ਕਰਕੇ ਫਰੀਦਕੋਟ ਦੇ ਵਿੱਚ। ਅਸਲ ਦੇ ਵਿੱਚ ਇਹ ਜਿਹੜੀ ਔਰਤ ਆ ਤੇ ਇਹਦੇ ਕਿਤੇ ਹੋਰ ਵੀ ਸੰਬੰਧ ਹੈਗੇ ਜੀ, ਕਿਸੇ ਨਾਲ ਕੋਈ ਨੇੜਤਾ ਹੈਗੀ ਹੈ, ਤੇ ਇੰਸਟਾਗ੍ਰਾਮ ਦੇ ਉੱਤੇ ਵੀ ਬਹੁਤ ਰਹਿੰਦੀ ਸੀ। ਘਰ ਵਾਲਾ ਇਸ ਗੱਲ ਦੇ ਉੱਤੇ ਹਮੇਸ਼ਾ ਇਤਰਾਜ਼ ਕਰਦਾ ਸੀਗਾ ਵੀ ਤੂੰ ਇੰਸਟਾਗ੍ਰਾਮ ਤੇ ਰੀਲਾਂ ਰੂਲਾਂ ਵੇਖਦੀ ਰਹਿੰਦੀ ਆ, ਕੋਈ ਘਰ ਦਾ ਕੰਮ ਵੀ ਕਰ ਲਾ, ਪਰ ਉਹ ਟੱਚ ਜਾਣਦੀ ਸੀਗੀ, ਜਿਹਦੇ ਕਰਕੇ ਉਹਦੇ ਵੱਲੋਂ ਇਹਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਆ, ਇਹਦੇ ਕਹਿੰਦੇ ਵੀ ਸਿਰ ਦੇ ਵਿੱਚ ਵੀ ਮਾਰਿਆ ਗਿਆ ਕੁਝ, ਤੇ ਇਹ ਹਸਪਤਾਲ ਦੇ ਵਿੱਚ ਹੁਣ ਦਾਖਲ ਹੈਗੀ ਹੈ ਜੀ। ਤੇ ਪਤੀ ਨੂੰ ਰਾਦਾ ਕਤਲ ਚ ਚਾਰਜਸ਼ੀਟ ਕੀਤਾ ਗਿਆ? ਹਾਂ ਬਿਲਕੁਲ ਜੀ, ਉਹਦੇ ਹਾਲੇ ਜਿਹੜੀ ਔਰਤ ਆ ਉਹ ਬਿਆਨ ਦੇਣ ਦੇ ਸਮਰੱਥ ਨਹੀਂ ਹੈਗੀ, ਪਰ ਮੇਰਾ ਖਿਆਲ ਆ ਵੀ ਉਹਨੂੰ ਮਾਰਨ ਦੀ ਕੋਸ਼ਿਸ਼ ਦਾ ਪਰਚਾ ਇਹਦੇ ਉੱਤੇ ਦਰਜ ਹੋਇਆ ਹੋਊਗਾ ਜਾਂ ਕਰ ਲਿਆ ਜਾਊਗਾ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਤੁਹਾਨੂੰ ਸਭ ਪੰਜਾਬ ਦੇ ਵਿੱਚ ਠੰਡ ਬਹੁਤ ਜ਼ਿਆਦਾ ਜੀ,
ਅੱਜ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ ਲੰਘੀ ਰਾਤ ਗੁਰਦਾਸਪੁਰ ਖੇਤਰ ਦਾ 4.5 ਤੱਕ ਪਹੁੰਚ ਗਿਆ, ਲੁਧਿਆਣੇ ਦਾ 5 ਤੱਕ ਰਿਹਾ, ਯਾਨੀ ਕਿ ਘੱਟੋ ਘੱਟ ਤਾਪਮਾਨ 4.5 ਤੱਕ ਪਹੁੰਚ ਗਿਆ ਤੇ ਵੱਧ ਤੋਂ ਵੱਧ ਤਾਪਮਾਨ 12-13 ਤੱਕ ਇੱਥੇ ਰਹਿ ਰਿਹਾ। ਪੰਜਾਬ ਦੇ ਵਿੱਚ ਇਸ ਵੇਲੇ ਲੋਹੜਿਆਂ ਦੀ ਠੰਡ ਪੈ ਰਹੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਇਸ ਠੰਡ ਦੇ ਕਰਕੇ, ਕੋਰੇ ਦੇ ਕਰਕੇ, ਧੁੰਦ ਦੇ ਕਰਕੇ, ਬੇਹੱਦ ਠੰਡ ਦੇ ਕਰਕੇ 3 ਲੋਕਾਂ ਦੀ ਵੱਖ ਵੱਖ ਥਾਵਾਂ ਤੇ ਮੌਤ ਹੋਈ ਹੈ। 4 ਦਿਨ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਲੋਹੜਿਆਂ ਦੀ ਠੰਡ ਹਾਲੇ ਹੋਰ ਪੈਣੀ ਹੈ ਜੀ। ਟਿਣਾ ਜੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ।